ਕੈਨੇਡਾ ਤੋਂ ਪੰਜਾਬੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਦਾ ਮਾਮਲਾ ਪਲਕੇ ਵਿਦੇਸ਼ ਮੰਤਰੀ ਕੋਲ ਉਠਾਇਆ ਜਾਵੇਗਾ ਜੀਹਾਂ ਰਾਜ ਸਵਾਂ ਮੈਂਬਰ ਵਿਕਰਮਜੀਤ ਸਹਾਣੀ ਨੇ ਕਿਹਾ ਹੈ ਕਿ ਹੁਨਰ ਤੇ ਤਜਰਵੇ ਵਾਲੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਰੋਜ਼ਗਾਰ ਦਿੱਤਾ ਜਾਏਗਾ ਇਹ ਨਹੀਂ ਨਹੀਂ ਬਲਕਿ ਅੰਮ੍ਰਿਤਸਰ ਵਿੱਚ G20 ਦੇ ਮੌਕੇ MSDC ਅੰਮ੍ਰਿਤਸਰ ਵਿੱਚ ਪਹਿਲੀ ਵਾਰ ਇੰਟਰਨੈਸ਼ਨਲ ਜੌਬ ਮੋਬਿਲਾਈਜੇਸ਼ਨ ਕੈਂਪ ਦਾ ਆਯੋਜਨ ਵੀ ਕਰਨਗੇ G20 ਦੀ ਐਜੂਕੇਸ਼ਨ ਸਮਿਟ ਜਿਹੜੀ ਅੰਮ੍ਰਿਤਸਰ ਹੋ ਰਹੀ ਹੈ ਉਹਦੇ ਸਾਈਡਲਾਈਨਸ ਤੇ ਇੱਥੇ ਮਲਟੀ ਸਕਿੱਲ ਡਵੈਲਪਮੈਂਟ ਸੈਂਟਰ ਚ ਅਸੀਂ ਵੀ ਸਨ ਫਾਊਂਡੇਸ਼ਨ ਵੱਲੋਂ ਨੈਸ਼ਨਲ ਸਕਿੱਲ ਡਵੈਲਪਮੈਂਟ ਕਾਰਪੋਰੇਸ਼ਨ ਔਰ ਸਕਿੱਲ ਇੰਡੀਆ ਦੇ ਨਾਲ ਮਿਲ ਕੇ ਜਿੱਥੇ ਅਸੀਂ ਦਸੰਬਰ ਦੇ ਵਿੱਚ ਇੱਥੇ ਕਬੀਰ پارک ਜੋ ਮਲਟੀ ਸਕਿੱਲ ਡਵੈਲਪਮੈਂਟ ਸੈਂਟਰ ਹੈ ਪੀਐਸਡੀਐਮ ਦੇ ਸਹਿਯੋਗ ਨਾਲ ਅਸੀਂ ਚਲਾ ਰਹੇ ਹਾਂ ਬਿਲਕੁਲ ਮੋਸਟ ਇੱਥੇ ਬੱਚਿਆਂ ਨੂੰ ਨੌਜਵਾਨਾਂ ਨੂੰ ਸਕਿੱਲ ਐਜੂਕੇਸ਼ਨ ਦਿੱਤੀ ਜਾਂਦੀ ਹੈ ਬਿਨਾ ਇੱਕ ਪੈਸਾ ਵੀ ਲਏ ਉਹਨਾਂ ਦੀਆਂ ਨੌਕਰੀਆਂ ਵੀ ਲਵਾਈਆਂ ਜਾਂਦੀਆਂ ਦਸੰਬਰ ਚ ਤੁਹਾਨੂੰ ਯਾਦ ਹੋਣਾ ਹੈ ਕਿ ਬਹੁਤ ਵੱਡਾ ਫੰਕਸ਼ਨ ਇੱਥੇ ਅਸੀਂ ਕੀਤਾ ਉੱਥੇ 1008 ਨੌਜਵਾਨਾਂ ਨੂੰ ਅਸੀਂ ਨੌਕਰੀਆਂ ਲਵਾਈਆਂ ਪੱਕੀਆਂ ਉਹ ਸਾਰੇ ਤੁਹਾਨੂੰ ਯਾਦ ਹੈ ਅੱਜ ਜਿੱਥੇ ਕਿ ਸਾਡਾ ਇੱਕ ਨਵੀਂ ਕਦਮ ਅਸੀਂ ਪੁੱਟਣ ਜਾ ਰਹੇ ਹਾਂ ਕਿਉਂਕਿ ਤੁਸੀਂ ਦੇਖਿਆ ਹੋਣਾ ਕੱਲ ਹੀ ਤੁਸੀਂ ਅਖਬਾਰਾਂ ਚ ਪੜਿਆ ਕਿ ਕੈਨੇਡਾ ਚ 600 ਬੱਚੇ ਆਪਣੇ ਪੰਜਾਬ ਦੇ ਫੇਕ ਸਰਟੀਫਿਕੇਟ ਐਡਮਿਸ਼ਨ ਲੈ ਕੇ ਡਿਪੋਰਟ ਹੋਣ ਦੀ ਖਬਰ ਆਈ ਹੈ ਉਹਦੀ ਵੀ ਅਸੀਂ ਤਫਤੀਸ਼ ਕਰ ਰਹੇ ਹਾਂ ਕੈਨੇਡਾ ਦੇ ਹਾਈ ਕਮਿਸ਼ਨਰ ਨਾਲ ਵੀ ਮੈਂ ਗੱਲ ਕੀਤੀ ਹੈ ਕਿ ਉਹ ਬੱਚਿਆਂ ਦਾ ਕੀ ਕਸੂਰ ਹੈ ਵਗੈਰਾ ਪਿੱਛੇ ਅਸੀਂ ਟਰਕੀ ਤੋਂ ਔਰ ਕਈ ਮੁਲਕਾਂ ਤੋਂ ਵੀ ਸਾਡੇ ਬੱਚੇ ਉੱਥੇ ਜਿਹੜੇ ਜਾਲੀ ਡਾਕੂਮੈਂਟਸ ਦੇ ਵਿੱਚ ਫਸ ਗਏ ਅਸੀਂ ਪਹਿਲ ਤੇ ਹੀ ਕਰਦੇ ਹਾਂ ਕਿ ਪੰਜਾਬ ਦੇ ਜਿਹੜੇ ਬੱਚੇ ਆ ਪੰਜਾਬ ਦੇ ਵਿੱਚ ਹੀ ਜਿਵੇਂ ਅੱਜ ਸੀਐਮ ਮਾਨ ਸਾਹਿਬ ਨੇ ਵੀ ਕਿਹਾ ਕਿ ਵੀ ਅਸੀਂ ਰੋਜ਼ਗਾਰ ਪੈਦਾ ਕਰੀਏ ਨੌਕਰੀਆਂ ਪੈਦਾ ਕਰੀਏ ਤਾਂ ਕਿ ਉਹ ਡਰੱਗਸ ਵਾਲ ਔਰ ਇਹ ਜੋ ਰੈਡੀਕਲਿਜ਼ਮ ਥੋੜਾ ਬਹੁਤ ਜੋ ਚੱਲ ਰਿਹਾ ਹੈ ਉਧਰ ਸਾਡਾ ਯੂਥ ਪ੍ਰੇਰਿਤ ਕਿਉਂ ਹੋ ਰਿਹਾ ਕਿਉਂਕਿ ਉਹ ਖਾਲੀ ਨੇ ਉਹਨਾਂ ਵਿਚਾਰਿਆਂ ਕੋਲ ਨੌਕਰੀ ਨਹੀਂ ਹੈ ਉਹ ਇਧਰ ਪ੍ਰੇਰਿਤ ਹੋ ਜਾਂਦੇ ਨੇ ਇਸ ਲਈ ਅਸੀਂ ਚਾਹਦੇ ਹਾਂ ਕਿ ਪੰਜਾਬ ਦੇ ਜਿਹੜੇ ਨੌਜਵਾਨ ਹਨ ਪੰਜਾਬ 'ਚ ਹੀ ਰਹਿਣ ਲੇਕਿਨ ਫਿਰ ਵੀ ਕਿਉਂਕਿ ਇੱਕ ਰੁਝਾਨ ਬਣ ਗਿਆ ਹੈ ਕਿ ਵੀ ਹਰ ਬੱਚਾ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਿਹਾ ਬਾਹਰ ਜਾਣ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਬੱਚੇ ਵੀ ਬਾਹਰ ਜਾਣਾ ਚਾਹੁੰਦੇ ਆ ਸੀ ਐਨ ਐਸ ਡੀ ਸੀ ਦੇ ਨਾਲ ਮਿਲ ਕੇ ਪਹਿਲਾ ਪੰਜਾਬ ਦੇ ਵਿੱਚ ਇੰਟਰਨੈਸ਼ਨਲ ਜੌਬ ਮੋਬਿਲਾਈਜੇਸ਼ਨ ਫੇਅਰ ਇੱਥੇ ਅਮਰਤਸਰ ਦੇ ਵਿੱਚ ਅੱਜ ਉਹਦਾ ਉਦਘਾਟਨ ਹੋ ਰਿਹਾ ਐਨ ਐਸ ਡੀ ਸੀ ਦੀ ਟੀਮ ਵੀ ਸਾਡੇ ਨਾਲ ਮੌਜੂਦ ਹੈ ਉੱਥੇ ਬੱਚਿਆਂ ਨੂੰ ਕਿਉਂਕਿ ਕੁਝ ਰਿਕੁਆਇਰਮੈਂਟ ਐਨ ਐਸ ਡੀ ਸੀ ਨੇ ਇਕਮੂਲੇਟ ਕੀਤੀ ਹੈ ਬਾਹਰਲੇ ਮੁਲਕਾਂ ਦੇ ਵਿੱਚ ਵੀ ਸਕਿਲਡ ਵਰਕ ਫੋਰਸ ਦੀ ਘਾਟ ਹੈ ਤੁਸੀਂ ਦੇਖਿਆ ਹੁਣ ਕੋਵਿਡ ਦੇ ਵਿੱਚ ਸਾਡੇ ਹੈਲਥ ਵਰਕਰ ਦੀ ਇੰਨੀ ਡਿਮਾਂਡ ਸੀ ਬਾਹਰ ਭਾਵੇਂ ਨਰਸ ਹੈ ਭਾਵੇਂ ਡੇ ਕੇਅਰ ਹੈ ਕੋਈ ਵੀ ਹੈ ਹੁਣ ਆਟੋ ਜਿਹੜੀਆਂ ਸਾਨੂੰ ਡਿਮਾਂਡ ਬਾਹਰਲੇ ਦੇਸ਼ਾਂ ਤੋਂ ਆਈਆਂ ਉਹ ਆਈਆਂ ਆਟੋਮੋਟਿਵ ਸੈਕਟਰ ਚ ਐਗਰੀਕਲਚਰ ਕਾਰਪੈਂਟਰ ਕੰਸਟਰਕਸ਼ਨ ਕੈਨੇਡਾ ਚ ਵੈਲਡਰ ਦੀ ਬੜੀ ਡਿਮਾਂਡ ਹੈ ਇਲੈਕਟ੍ਰੀਸ਼ੀਅਨ ਔਰ ਫੂਡ ਐਂਡ ਬੈਵਰੇਜ ਹੈਲਥ ਮੈਂ ਪਹਿਲਾਂ ਹੀ ਦੱਸਿਆ ਹੌਸਪਿਟੈਲਿਟੀ ਮਕੈਨਿਕਸ ਔਇਲ ਗੈਸ ਪਲੰਬਰ ਰੀਫਰਿਜਰੇਸ਼ਨ ਦਾ ਸਾਡੇ ਇੱਥੇ ਕੋਰਸ ਚੱਲਦਾ ਹੈ ਏਸੀ ਮਕੈਨਿਕ ਇਹਦੀ ਬੜੀ ਡਿਮਾਂਡ ਹੈ ਬਾਹਰਲੇ ਮੁਲਕਾਂ 'ਚ ਔਰ ਸ਼ਿਪਯਾਰਡ ਮਰੀਨ ਸਰਵਿਸਿਜ਼ ਟੈਕਨੀਸ਼ੀਅਨ ਵਗੈਰਾ ਔਰ ਜਿਹੜੀ ਇਹ ਡਿਮਾਂਡ ਆਈ ਹੈ ਉਹ ਆਈ ਹੈ ਯੂਐਸਏ ਇਵਨ ਯੂਐਸਏ ਵਰਗੇ ਮੁਲਕ ਤੋਂ ਆਈ ਹੈ ਕੈਨੇਡਾ 'ਚ ਤੇ ਹੈ ਹੀ ਡਿਮਾਂਡ ਯੂਕੇ ਤੋਂ ਯੂਰਪ ਤੋਂ ਸਾਊਦੀ ਅਰੇਬੀਆ 'ਚ ਔਰ ਬਾਕੀ ਜਿਹੜੇ ਇਹ ਖਾੜੀ ਦੇ ਦੇਸ਼ ਨੇ ਅਰਬ ਮੁਲਕਾਂ 'ਚ ਵੀ ਬਹੁਤ ਡਿਮਾਂਡ ਹੈ ਔਰ ਉਧਰਲੇ ਪਾਸੇ ਫਾਰੀ ਈਸਟ ਦੇ ਵਿੱਚ ਵੀ ਜਾਪਾਨ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦੀ ਡਿਮਾਂਡ ਹੈ ਤੇ ਇਹ ਅਸੀਂ ਰਜਿਸਟ੍ਰੇਸ਼ਨ ਕੈਂਪ ਚਾਲੂ ਕੀਤਾ ਇਹਦੇ ਵਿੱਚ 600 ਰਜਿਸਟ੍ਰੇਸ਼ਨ ਤਕਰੀਬਨ ਕੱਲ ਸ਼ੁਰੂ ਕੀਤਾ ਸੀ ਹੋ ਗਈਆਂ ਸਾਡਾ 3 ਦਿਨਾਂ ਦੇ ਵਿੱਚ ਟੀਚਾ ਹੈ ਕਿ 1000 ਰਜਿਸਟ੍ਰੇਸ਼ਨ ਹੋ ਜਾਣ ਉਸ ਤੋਂ ਬਾਅਦ ਇਹ ਰਜਿਸਟ੍ਰੇਸ਼ਨ ਉਹਨਾਂ ਬੱਚਿਆਂ ਲਈ ਨੇ ਜਿਹੜੇ ਜਿਹੜੇ ਸਕਿਲਡ ਨੇ ਜਾਂ ਤੇ ਜਿਵੇਂ ਆਈਟੀਆਈ ਪਾਸ ਨੇ ਜਾਂ ਸਾਡੇ ਸਕਿਲ ਸੈਂਟਰ ਤੋਂ ਪਿਛਲੇ 1.5 ਸਾਲ 2 ਸਾਲਾਂ ਚੋਂ ਉਹਨਾਂ ਨੇ ਕੁਆਲਿਫਿਕੇਸ਼ਨ ਹਾਸ ਕੀਤੀ ਜਾਂ ਜਿਨ੍ਹਾਂ ਕੋਲ ਕੋਈ ਸਰਟੀਫਿਕੇਟ ਨਹੀਂ ਹੈ ਉਹ ਅਸੀਂ ਦੇਵਾਂਗੇ ਐਨਐਸਡੀਸੀ ਗਵਰਨਮੈਂਟ ਆਫ ਇੰਡੀਆ ਪਰ ਜੇ ਕੋਈ ਚੰਗਾ ਕਾਰੀਗਰ ਹੈ ਉਹ ਉਹਦੇ ਕੋਲ ਸਕਿੱਲ ਤੇ ਹੈ ਨਾ ਉਹ ਉਹ ਪੜਿਆ ਨਹੀਂ ਲੇਕਿਨ ਉਹ ਇਲੈਕਟ ਆਪਣੇ ਤਜਰਬੇ ਨਾਲ ਉਹਨੂੰ 10 ਸਾਲ ਦਾ 5 ਸਾਲ ਦਾ ਤਜਰਬਾ ਹੈ ਉਹਨੂੰ ਵੀ ਅਸੀਂ ਰਜਿਸਟਰ ਕਰਕੇ ਉਹਦਾ ਸਰਟੀਫਿਕੇਸ਼ਨ ਕਰਾਵਾਂਗੇ ਔਰ ਫਿਰ ਉਹਦਾ ਲੈਂਗੁਏਜ ਟੈਸਟ ਹੋਏਗਾ ਪ੍ਰੀਲੀਮਿਨਰੀ ਰਾਉਂਡ ਜਿਹੜਾ ਹੈ ਉਹ ਐਨਐਸਡੀਸੀ ਕਰੇਗੀ 15 ਮਈ ਤੋਂ 23 ਮਈ ਔਰ ਫਿਰ ਜੂਨ ਦੇ ਵਿੱਚ ਫਾਈਨਲ ਸਿਲੈਕਸ਼ਨ ਹੋਏਗੀ ਵੈ ਵਾਈ ਗਰੂਅ ਕੇ ਕਾਲਪੁਰ ਕੇ ਵਾਈ ਕੋ ਕੇ ਇਹ ਉਮੀਦ ਕਰ ਸਕਦਾ ਕਿ ਸਾਡੇ ਅੰਮ੍ਰਿਤਸਰ ਦੇ ਸਾਡੇ ਪੰਜਾਬ ਦੇ ਜਿਆਦਾ ਤੋਂ ਜਿਆਦਾ ਬੱਚੇ ਇਸ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਜਾਣ ਔਰ ਅੱਜ ਇਸ ਮੌਕੇ ਤੇ ਜਿੱਥੇ ਅਸੀਂ 1008 ਬੱਚੇ ਨੂੰ ਨੌਕਰੀ ਲਵਾਈ ਹੁਣ ਸਾਡਾ 250 ਬੱਚਿਆਂ ਦਾ ਬੈਚ ਵੀ ਪਾਸ ਆਊਟ ਹੋ ਗਿਆ ਉਹਨੂੰ ਵੀ ਅੱਜ ਸਰਟੀਫਿਕੇਟ ਦਿੱਤੇ ਜਾਣਗੇ ਔਰ ਉਹਦੇ ਚ ਵੀ ਸਾਡੀ ਜਿਹੜੀ 90% ਪਲੇਸਮੈਂਟ ਅਸੀਂ ਅਚੀਵ ਕਰ ਚੁੱਕੇ ਹਾਂ ਕੋਸ਼ਿਸ਼ ਹੈ ਬੱਚਿਆਂ ਨੂੰ ਨੌਕਰੀ ਅਸੀਂ ਸਾਰਿਆਂ ਨੂੰ ਦਵਾਈਏ ਕੁਝ ਆਪਣਾ ਕੰਮ ਵੀ ਕਰਨ ਉਹ ਵੀ ਅਸੀਂ ਇਨਕੂਬੇਸ਼ਨ ਸੈਂਟਰ ਵੀ ਇੱਥੇ ਸ਼ੁਰੂ ਕਰ ਰਹੇ ਹਾਂ ਭਾਰਤ ਸਰਕਾਰ ਨਾਲ ਮਿਲ ਕੇ ਮਿਨਿਸਟਰੀ ਆਫ ਐਮਐਸਈ ਮਿਨ ਨਾਲ ਮਿਲ ਕੇ ਕਿ ਜਿਹੜਾ ਬੱਚਾ ਕੋਈ ਆਪਣਾ ਕੰਮ ਖੋਲਣਾ ਚਾਹੁੰਦਾ ਹੈ ਉਹਨੂੰ ਉਹਦੀ ਪ੍ਰੋਜੈਕਟ ਰਿਪੋਰਟ ਬਣੇਗੀ ਬਣਾਵਾਂਗੇ ਉਹਨੂੰ ਟ੍ਰੇਨਿੰਗ ਦੇਵਾਂਗੇ ਉਹਨੂੰ 10 ਲੱਖ ਤੋਂ 50 ਲੱਖ ਦਾ ਲੋਨ ਵੀ ਅਸੀਂ ਅਪਰੂਵ ਕਰਾ ਕੇ ਦੇਵਾਂਗੇ ਜਿਹੜਾ ਆਪਣਾ ਸਟਾਰਟਅਪ ਕਰਨਾ ਚਾਹੁੰਦਾ ਹੈ ਇਹ ਸਾਡਾ ਸਕੀਮ ਹੈ ਹਾਂ ਜੀ ਤੁਸੀਂ ਦੱਸਿਆ ਕਿ ਜਿਹੜੇ ਲੋਕ ਅਨਪੜ੍ਹੇ ਹਾਂ ਉਹਨਾਂ ਨੂੰ ਤੋਂ ਸਰ ਬਾਬਾ ਹਾਂ ਉਹਨਾਂ ਨੂੰ ਸਰਟੀਫਿਕੇਟ ਕਰਕੇ ਇੱਕ ਚੰਗੀ ਚਾ ਉਹ ਭੇਜਾਂਗੇ ਹਾ ਮਿਡਲ ਈਸਟ ਜੇ ਬਈ ਕੋਈ ਏਜ ਫੈਕਟਰ ਵੀ ਹੋਏ ਨਹੀਂ ਏਜ ਫੈਕਟਰ ਤੇ ਨਹੀਂ ਹੈ ਬਟ ਉਹਨਾਂ ਨੂੰ ਘਟੋ ਘਟ ਇੰਗਲਿਸ਼ ਆਣੀ ਚਾਹੀਦੀ ਹੈ ਨਾ ਉੱਥੇ ਬਾਹਰ ਜਾ ਕੇ ਕਿਉਂਕਿ ਦੁਬਈ ਤੇ ਕੰਮ ਚੱਲ ਜਾਏਗਾ ਸਾਊਦੀ ਵਗੈਰਾ ਮੁਸ਼ਕਲ ਹੈ ਮਤਲਬ ਉਹਨਾਂ ਨੂੰ ਇੰਗਲਿਸ਼ ਉਹ ਵੀ ਸਾਡੇ ਕੋਲ ਇੰਗਲਿਸ਼ ਪ੍ਰੋਫੀਸ਼ੈਂਸੀ ਅਸੀਂ ਜਿਹੜਾ ਇੱਥੇ ਆਈ ਐਲਟੀਐਸ ਕੋਰਸ ਕਰਾ ਰਹੇ ਆਈ ਐਲਟੀਐਸ 2 ਉਹ IELTS I ਜਿਹੜਾ ਆਇਲਸ ਦਾ ਜਿਹੜਾ ਨੰਬਰ 1 ਵੀਜ਼ਿਆਂ ਵਾਲਾ ਨਹੀਂ ਜਿਹੜਾ ਜੌਬ ਲਈ ਉਹ ਨੰਬਰ 2 ਕੋਰਸ ਹੈਗਾ ਉਹ ਵੀ ਹਾਂ ਇੰਗਲਿਸ਼ ਸਪੋਕਨ ਵਾਲਾ ਜਿਹੜਾ ਦੂਜਾ ਕੋਰਸ ਹੈ ਉਹ ਵੀ ਇੱਥੇ ਅਸੀਂ ਸ਼ੁਰੂ ਕਰ ਰਹੇ ਹਾਂ ਤਾਂ ਕਿ ਜਿਹੜੇ ਸਾਡੇ ਬੱਚੇ ਆ ਉਹ ਇੰਗਲਿਸ਼ ਔਰ ਨਾਲ ਬੇਸਿਕ ਕੰਪਿਊਟਰ ਜਿਹੜੀ ਜਿਹਨੂੰ ਅਸੀਂ ਜਿਹਨੂੰ ਅਸੀਂ ਸੌਫਟ ਸਕਿੱਲ ਕਹਿੰਦੇ ਹਾਂ ਹਾਂਜੀ ਕੋਈ ਅਸੀਂ ਅਸੀਂ ਇਹ ਪ੍ਰਮੋਟ ਨਹੀਂ ਕਰ ਰਹੇ ਵੀ ਬੱਚਿਆਂ ਨੂੰ ਬਾਹਰ ਭੇਜੋ ਪਰ ਜਿਹੜੇ ਹੁਣ ਜਾਣਾ ਚਾਹੁੰਦੇ ਆ ਵੈਸੇ ਹੀ ਜਾ ਰਹੇ ਆ ਜਾਲੀ ਵੀਜ਼ੇ ਆ ਤੇ ਉਹਨਾਂ ਨੂੰ ਕੁਝ 스ਕਿੱਲ ਦੇ ਕੇ ਭੇਜੋ ਤਾਂ ਕਿ ਉਹ ਕਿਤੇ ਲੈਵਲ ਤੇ ਜਾ ਸਕਣ ਆਪਣੇ ਇਨਵਰਡ ਸਾਡੀ ਪੰਜਾਬ ਖੁਸ਼ਹਾਲ ਹੋਵੇ ਇਨਵਰਡ ਰਿਮਿਟੈਂਸ ਆਏ ਆਪਣੇ ਮਾਪਿਆਂ ਦਾ ਖਿਆਲ ਰੱਖਣ ਔਰ ਕੁਝ ਸਾਲਾਂ ਬਾਅਦ ਵਾਪਸ ਮੁੜਾ ਆ ਬਿਨਾ 스ਕਿੱਲ ਦੇ ਜਾਣ ਦਾ ਤਾਂ ਫਾਇਦਾ ਨਹੀਂ ਨਾ ਉੱਥੇ ਜਾ ਸਕਦਾ ਜਿਹੜਾ ਲੇਬਰ ਕਲਾਸ ਬੰਦਾ ਹੈ ਅਗਰ ਉਹ ਤੁਹਾਡੇ ਸਕਿੱਲ ਸੈਂਟਰ ਚ ਆਏਗਾ ਤਾਂ ਜੀਵਨ ਪੱਤਰ ਉਹਦਾ ਬਿਲਕੁਲ ਉਹਦਾ ਕਰਾਂਗੇ ਔਰ ਬਾਕੀ ਜਿਹੜਾ ਸਰ ਅਨਇੰਪਲੋਇਡ ਯੂਥ ਹੈ ਇੱਥੇ ਅਸੀਂ ਹੁਣ ਤਕਰੀਬਨ 1500 ਯੂਥ ਨੂੰ 1415 ਪਿਛਲੇ ਸਾਲ ਤੱਕ 1200 ਨੂੰ ਦੇ ਚਾਹੇ ਤੇ ਹੁਣ 250 ਅੱਜ ਵੀ ਹੈ ਨਾ ਉਹਨਾਂ ਵਿੱਚੋਂ 250 ਅੱਛਾ ਅਸੀਂ ਹੁਣ 1200 ਬੱਚੇ ਨੂੰ ਅੱਜ ਤੱਕ ਇੱਥੇ ਪੂਰੀ ਸਕਿਲਿੰਗ ਕਰਾ ਕੇ 6 ਮਹੀਨੇ ਦਾ ਕੋਰਸ ਸਰਟੀਫਿਕੇਟ ਇੰਗਲਿਸ਼ ਔਰ ਉਹਨਾਂ ਦੀਆਂ ਨੌਕਰੀਆਂ ਵੀ ਲਵਾ ਚੁੱਕੇ ਹਾਂ ਉਹ ਤੁਹਾਡੇ ਕੋਲ ਲਿਸਟ ਹੈ ਅੱਜ 250 ਬੱਚੇ ਨੂੰ ਅੱਜ ਲਵਾ ਰਿਹਾ ਜਿਹੜਾ 700 ਬੱਚੇ ਜਿਹੜਾ ਰਿਪੋਰਟ ਹੋਇਆ ਮੈਂ ਕੈਨੇਡੀਅਨ ਹਾਈ ਕਮਿਸ਼ਨ ਨਾਲ ਗੱਲ ਕੀਤੀ ਹੈ ਇਹ ਹੁਣ ਇਹ ਤੇ ਹੁਣ ਕੱਲ ਹੀ ਅਸੀਂ ਪੜਿਆ ਉਹਦੀ ਤਫਤੀਸ਼ ਕੈਨੇਡੀਅਨ ਹਾਈ ਕਮਿਸ਼ਨ ਨੇ ਆਲਰੇਡੀ ਕਹਿਤਾ ਹੈ ਮੈਂ ਇੰਡੀਅਨ ਹਾਈ ਕਮਿਸ਼ਨਰ ਆਟਵਾ ਨਾਲ ਵੀ ਗੱਲ ਕੀਤੀ ਹੈ ਕਿ ਵੀ ਇਹ ਪਹਿਲਾਂ ਤਾਂ ਹੋਏ ਨਾ ਕਿ ਵੀ ਜਾਲੀ ਐਡਮਿਸ਼ਨ ਐਡਮਿਸ਼ਨਾਂ ਦਿੱਤੀਆਂ ਉਹਨਾਂ ਨੂੰ ਕਿੰਨੇ ਨੇ ਉਹਨਾਂ ਨੂੰ ਅੰਦਰ ਕਰੀਏ ਪਹਿਲਾਂ ਤੇ ਵੀ ਜਿਨ੍ਹਾਂ ਨੇ ਇੱਥੇ ਦਿੱਲੀ ਜਾਂ ਪੰਜਾਬ ਜਿਨੇ ਵੀ ਮੈਂ ਮਤਲਬ ਅਜੇ ਕੱਲ ਹੀ ਖਬਰ ਆਈ ਹੈ ਮੈਂ ਉਹਨੂੰ ਪਰਸਨਲ ਲੈਵਲ ਤੇ ਚੁੱਕ ਰਿਆ ਔਰ ਕੱਲ ਸਾਡੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੀ ਪਾਰਲੀਮੈਂਟ ਵਿੱਚ ਮੀਟਿੰਗ ਹੈ ਕਿਉਂਕਿ ਮੈਂ ਉਹਦਾ ਮੈਂਬਰ ਵੀ ਹਾਂ ਤਾਂ ਮੈਂ ਜੈ ਸ਼ੰਕਰ ਜੀ ਨੂੰ ਵੀ ਕਹਾਂਗਾ ਵੀ ਇਹਦੀ ਤਫ਼ਤੀਸ਼ ਕਰਾਓ ਔਰ ਕਿਸੇ ਕੀਮਤ ਤੇ ਬੱਚੇ ਵਾਪਸ ਨਹੀਂ ਆਣੇ ਚਾਹੀਦੇ ਇਹਨਾਂ ਦਾ ਜੋ ਵੀ ਇਹ ਕੋਈ ਹੱਲ ਕੱਢੀਏ ਜੀ ਹਾਂ